ਭਾਈ ਜੱਗੀ ਗੁੱਸੇ ਦੀ ਕਹਾਣੀ ਫਕੀਰ ਕਮੂਨ ਬਸੀਨੇ ਇੱਕ ਕਰਕੇ ਝੋਨਾ ਛਾੜ ਕੇ ਬਲਿਹਾਰਸੋਂ ਨੇ ਮੰਡੀ ਸੁੱਟ ਲਿਆ ਕੋਲ ਮੰਜਾ ਢਾ ਕੇ ਬਹਿ ਗਿਆ ਰੋਟੀ ਕਦੇ ਜੈਬਾ ਕਦੇ ਬਿੱਲਾ ਫੜਾਉਂਦਾ ਸ਼ਾਮ ਨੂੰ ਮੁੜਦਾ ਖਾਲੀ ਭਾਂਡੇ ਲੈ ਜਾਂਦਾ ਮੰਡੀ ਚਾੜਤੀ ਦੁਕਾਨ ਤੇ ਡਾਕਟਰ ਭਜ ਜਾਂਦੇ ਹਸਪਤਾਲ ਤੋਂ ਕੋਈ ਬਹੁਤੀ ਦੂਰ ਨਹੀਂ ਸੀ ਬਿੱਲਾ ਭਜਨ ਹਸਤਪ ਦੇ ਹਸਪਤਾਲ ਚ ਡਾਕਟਰ ਬਣ ਰਿਹਾ ਸੀ ਟੀਕੇ ਲਾ ਰਿਹਾ ਸੀ ਮੰਡੀ 'ਚ ਕਿਸਾਨਾਂ ਦਾ ਪੁੱਤਾਂ ਵਾਂਗੂ ਪਾਲਿਆ ਝੋਨਾ ਪੈਰਾਂ 'ਚ ਰੁੱਲ ਰਿਹਾ ਸੀ ਆਰਤੀਏ ਦੀ ਉਹ ਜਾਨ ਖਾਂਦੇ ਪਰ ਆਰਤੀਆ ਆਪਣੀ ਜਗਾ ਕਸੂਤਾ ਫੜੇ ਤੀ ਇਨਸਪੈਕਟਰ ਬੋਲੀ ਨਹੀਂ ਸੀ ਲਾਉਂਦਾ ਪੰਜ ਮੰਗਦਾ ਸੀ ਬੋਲੀ ਇੱਕ ਇੱਕ ਬੋਰੀਆਂ ਕਰ ਕਦੇ ਰਾਤ ਨੂੰ ਅੱਧਾ ਬੱਦਲ ਸਮਾਨ ਚਟਖੇਲੀਆਂ ਕਰਦਾ ਮੰਝਿਆਂ ਦੇ ਪੈ ਜੱਟ ਫੜਕ ਫੜਕ ਉੱਠਦੇ ਪ੍ਰਾਣ ਮੁਠੀ ਚਾਉਂਦੇ ਝੋਨੇ ਦੇ ਬਚਾਲੀ ਜੱਟਾਂ ਨੇ ਤਰਪਾਲਾਂ ਵਗੈਰਾ ਰੱਖੀਆਂ ਸੀ ਮੀਂਹ ਦਾ ਡਰ ਉਹਨਾਂ ਨੂੰ ਪੈਰਾਂ ਦੇ ਥੱਲੇੋਂ ਜ਼ਮੀਨ ਕੱਢ ਦਿੰਦਾ ਰਾਤ ਨੂੰ ਬਲਿਹਾਰ ਸੋਨੇ ਸਾਰੇ ਇਕੱਠੇ ਕਰ ਲੇ ਬਹੁਤ ਤੇਜ਼ੀ ਨਾਲ ਇਕੱਠਿਆ ਯਾਰੋ ਲੋੜਾ ਆ ਗਿਆ ਪੁੱਤਾਂ ਵਾਂਗੂ ਝੋਨੇ ਨੂੰ ਪੁੱਤਾਂ ਵਾਂਗੂ ਪਾਲੇ ਝੋਨੇ ਨੂੰ ਪੁੱਛਦਾ ਹੀ ਕੋਈ ਨਹੀਂ ਨੱਕ ਬੋਲੇ ਮਰੀ ਜਾਂਦੇ ਆ ਬਲਿਹਾਰ ਸੋਨੇ ਕਿਹਾ ਉਹਨੇ ਸੱਜਾ ਹੱਥ ਉੱਪਰ ਚੱਕਿਆ ਖੱਬਾ ਉਹਨੇ ਢਾਕ ਤੇ ਰੱਖਿਆ ਹੋਇਆ ਲੀਡਰ ਵਾਂਗੂ ਬੋਲਿਆ ਕੋਈ ਗੱਲ ਤਾਂ ਦੱਸਣ ਨੇਤਾ ਆਲੇ ਕੋਡੀ ਛਿੱਕੇ ਕੋਡੀ ਕਰੀ ਜਾਂਦੇ ਨੇ ਇੱਕ ਫੱਟਿਆ ਪੂਰਾ ਖੜਲਾਇਆ ਅਬ ਬਾਣੀਆਂ ਸਲੇ ਲਾ ਕੇ ਕੰਨ ਨੂੰ ਕੋੜ ਕਿੱਲਾ ਜਾਂ ਦੰਦੀਆਂ ਕੱਢੀ ਜਾਂਦੇ ਨੇ ਇੱਕ ਬਾਣੀਆਂ ਦੇ ਟੈਲੀਫੋਨ ਤੋਂ ਬਹੁਤ ਔਖਾ ਸੀ ਉਹਨੂੰ ਐ ਸੀ ਵੀ ਇਹਦੇ ਤੇ ਕੋਈ ਗੱਲ ਕਰਦਾ ਉਹਨੂੰ ਰੰਜ ਸੀ ਬਹੁਤ ਐਉਂ ਕਰੀਏ ਕੱਲ ਨੂੰ ਕਰੜੇ ਹੋ ਕੇ ਬਾਣੀਆਂ ਨੂੰ ਝੱਟ ਲਾਈਏ ਇੱਕ ਨੇ ਪੂਆ ਪੀਤਾ ਹੋਇਆ ਸੀ ਐਉਂ ਦਾ ਮੰਡੀ ਜੇ ਬੁੜੇ ਹੋ ਜਾਣਗੇ ਯਾਰ ਇੱਕ ਪਿੱਛੋਂ ਬੋਲਿਆ ਘਰ ਵਾਲਿਆ ਉਦੋਂ ਆਣੇ ਕੱਢਦੇ ਐ ਕੱਲ ਨੂੰ ਕਰਾੜ ਦੇ ਗੱਟਿਆਂ ਨੂੰ ਲਾਓ ਛੁੱਟੀ ਕੇਰਾ ਸਾਰਿਆਂ ਨੂੰ ਕਮਬਲਾ ਬਣਾਈ ਜਾਂਦਾ ਮੇਰੇ ਯਾਰ ਪੀਤੀ ਹੋਈ ਨੇ ਫੇਰ ਕੀ ਜਿਵੇਂ ਕਿਸੇ ਮਰਾਸੀ ਨੇ ਕਿਹਾ ਸੀ ਨਾ ਜ ਜੱਟ ਨਾ ਹੁੰਦਾ ਤਾਂ ਬੰਦਿਆਂ ਨੂੰ ਬਾਹੀ ਕਰਨੀ ਪੈਂਦੀ ਇਹ ਜੱਟਾਂ ਨੂੰ ਇਹਦਾ ਬੰਦਾ ਸਮਝਦੇ ਆ ਮੇਰੇ ਯਾਰ ਆਪਾਂ ਅੰਨ ਨਹੀਂ ਖਾਂਦੇ ਐਂਉਂ ਕਰੋ ਹੁਣ ਸੌਮੋ ਕੱਲ ਨੂੰ ਆੜਤੀਏ ਕੋਲ ਚੱਲਾਂਗੇ ਕੱਲ ਨੂੰ ਉਹੀ ਹੋਊ ਜਿਹੜੀ ਅਸੀਂ ਕਰਾਂਗੇ ਬਲਿਹਾਰ ਸੋਨੇ ਕਿਹਾ ਸੌਣ ਨੂਰੇ ਐ ਕਿਹਾ ਜਿਵੇਂ ਪਲਗ ਨਿਮਾਰੀ ਵਿਸ਼ੇ ਹੁੰਦੇ ਨੇ ਜਾ ਕੇ ਰਜਾਈਆਂ ਦੇ ਗਲੇਫ ਚ ਬੜਨਾ ਹੁੰਦਾ ਹੈ ਦੁਆਰਾ ਚਲੇਗੇ ਕੋਈ ਝੋਨੇ ਤੇ ਟੇਡਾ ਹੋ ਗਿਆ ਕਿਸੇ ਨੇ ਅਲੂਣੀ ਮੰਜੀ ਸੀ ਉਹਦੇ ਤੇ ਪੈ ਗਿਆ ਟੇਡੇ ਹੋ ਕੇ ਜਾ ਕੇ ਤੜਕੇ ਚਾਹ ਪੀ ਕੇ ਆਰਤੀਏ ਜਥਾ ਬਣਾ ਕੇ ਅਕਾਲੀ ਵਾਂਗੂ ਨੂੰ ਆਰਤੀਏ ਦੇ ਮੱਥੇ ਜੱਟ ਲੱਗੇ ਕਿਸਾਨਾਂ ਨੂੰ ਦੇਖ ਕੇ ਸੇਠ ਨੇ ਦੇਖਿਆ ਲਾ ਵੀ ਹੋ ਗਈ ਕਹਾਣੀ ਕੋਣੀ ਹੀ ਗੋਲ ਸਰਾਣਾ ਹੁੱਜਾ ਮਾਰੇ ਸਾਚਰੀ ਕਲਸਰਾਰ ਜੀ ਬੜਦੀ ਸਾਰੇ ਭੋਲਿਆ ਜਿਵੇਂ ਨਾ ਬਿੰਡਾ ਟਿਆਂਖ ਦਾ ਹੁੰਦਾ ਐ ਸੇੜ ਜੀ ਬਲਿਹਾਰ ਸਿੰਘ ਨੂੰ ਸੇੜ ਦੇ ਮੱਥੇ ਤੇ ਲੱਗਿਆ ਜਿਹੜਾ ਤਿਲਕ ਡਰਾਉਣਾ ਲੱਗਿਆ ਕਿੰਨਾ ਕਰਹਾਨ ਖਰੋਂਗੇ ਸਾਨੂੰ ਹੋਰ ਐ ਰਾਮ ਬੋਲੋ ਤੁਹਾਨੂੰ ਰਾਨ ਕਰਕੇ ਮੈਂ ਕਿ ਮੈਂ ਕਿੱਥੇ ਜਾਉਣਾ ਸੌ ਆ ਜੀ ਦੀ ਮਰਜ਼ੀ ਇੰਸਪੈਕਟਰ ਕੁੱਤਾ ਬੋਲੀ ਨਹੀਂ ਲਾਉਂਦਾ ਮੇਰੇ ਦੱਸੋ ਕਿ ਬਸ ਮੇਰਾ ਕੀ ਮੇਰਾ ਕੀ ਹੈ ਇਹਦੇ ਵਿੱਚ ਕਰਨ ਨੂੰ ਫੇਰ ਕਿਹਾ ਫੇਰ ਐ ਕਰੀਏ ਐਲਸਪਲਟਰ ਦਾ ਹੀ ਬੁਖ ਤੂੰ ਵਜਾਈ ਹੈ ਮਹੀਨਾ ਹੋ ਗਿਆ ਯਾਰ ਮੂੰਹਨ ਲਈ ਦੇਖਦੇ ਨੂੰ ਇੱਕ ਨੇ ਮੂਰੇ ਹੋ ਕੇ ਗੱਲ ਕੀਤੀ ਉਹਨੇ ਪਰਨਾ ਬਹੁਤ ਬੇਥਵਾ ਬੰਨਿਆ ਸੀ ਪਰਨੇ ਦੇ ਕੋਲੋਂ ਕੰਨਾਂ ਦੇ ਨੇੜ ਦੀ ਥੱਲੇ ਨੂੰ ਜਿਹੜੇ ਨੇ ਵਾਲ ਲੰਮਕਦੇ ਸੀ ਬਾਹੇ ਨਹੀਂ ਸੀ ਹੋਏ ਇਉਂ ਲੱਗਦਾ ਸੀ ਜਿਵੇਂ ਜਟਾਂ ਵਾਲਾ ਕੋਈ ਸਾਧ ਜਿਹੜਾ ਹੈ ऋषिकेश ਤੋਂ ਆਇਆ ਹੋਵੇ ਸਿਰ ਤੇ ਮੜਾਸੀ ਦੀ ਗੱਬੋ ਸਿਰ ਨੰਗਾ ਸੀ ਦਾੜੀ ਵੀ ਬਾਹੀ ਨਹੀਂ ਸੀ ਦਾਣੀ ਐ ਦਾੜੀ ਐ ਸੀ ਜਿਵੇਂ ਸਾਣੇ ਬਣ ਗਿਆ ਹੁੰਦਾ ਬਿਨਾਂ ਨਾਤੇ ਰਾਮ ਬਲਸਵਾਰੋ ਇਨਸਪੈਕਟਰ ਬਹੁਤ ਕੰਜਰ ਕੁੱਤਾ ਸੌ ਲਾਟਾਂ ਵਾਲੀ ਦੀ ਪੁਲਸ ਉਹਦੀ ਮੰਨਦੇ ਆ ਦੇਖੋ ਕੋਈ ਪੰਗਾ ਨਾ ਲੈ ਲਿਓ ਸਾਰਿਆਂ ਨੂੰ ਅੰਦਰ ਕਰ ਦੂ ਵਿੱਚੇ ਚੌਲ ਜਾਣਗੇ ਵਿੱਚੇ ਚੋਨਾ ਜਾਊ ਵਿੱਚੇ ਮੈਂ ਜਾਊ ਭਟਨੰਗੂ ਬੋਲਿਆ ਬੱਚਾ ਪੁਲਿਸ ਤੁਰੇ ਫਿਰੂ ਫੇਰਾ ਮਰਦੇ ਦਾ ਕੁਝ ਕਰਾਂਗੇ ਇੱਕ ਨੇ ਕਿਹਾ ਤੂੰ ਤਾਂ ਸੇਠਾ ਰਾਤ ਨੂੰ ਪਰੌਂਠੇ ਖਲੈਨਾ ਖਾ ਤੇ ਘਰ ਵਾਲੀ ਨਾਲ ਹਮ ਤੋਂ ਤੁਮ ਤੋਂ ਕਰਦਾ ਤੇ ਠੰਡ ਅਸੀਮ ਮਰਦੇ ਆ ਟੱਬਰ ਦੇ ਦਰਸ਼ਨ ਕੀਤੇ ਨੂੰ ਸਾਨੂੰ ਤਾਂ ਮਹੀਨਾ ਹੋ ਗਿਆ ਯਾਰ ਇੱਕ ਨੇ ਟੱਬਰ ਨੂੰ ਯਾਦ ਕੀਤਾ ਹੁਣ ਫਿਰ ਸੇਠ ਸਟਾਣੀ ਨਾ ਲੈ ਆਵੇ ਤੁਹਾਡੀਆਂ ਰੋਟੀਆਂ ਲਾਉਣ ਨੂੰ ਸਟਾਣੀ ਦਾ ਕੀ ਇਹੀ ਨਹੀਂ ਗੱਲ ਕਰਦਾ ਸਟਾਣੀ ਤਾਂ ਇਹਦੀ ਹੋਰ ਹਮ ਤੋਂ ਤੁਮ ਤੋਂ ਕਰੂ ਇਉਂ ਕਰੋ ਜਾ ਦੇਖਿਆ ਜੱਟ ਨੇ ਓ ਬਬਲੀ ਓ ਬਬਲੀ ਤਿੰਨ ਹੱਕਾਂ ਉਹਨੇ ਮਾਰੀਆਂ ਬਈ ਪੁੱਠਾ ਬੋਲੂ ਹੁਣ ਫੇਸ ਐ ਕਰੀਏ ਝੋੜਨਾ ਚੱਕ ਕੇ ਚੱਲੀਏ ਕਿਤੇ ਨੂੰ ਹੋਰ ਬਿਹਾਰ ਸਿੰਘ ਨੇ ਇੱਕ ਤਰ੍ਹਾਂ ਸੇੜ ਦੀ ਪੂਛ ਨੂੰ ਹੱਥ ਪਾਇਆ ਬਬਲੀ ਤਿੰਨ ਹੱਕਾਂ ਮਾਰੀਆਂ ਬਬਲੀ ਮਰ ਗਿਆ ਕਿੱਥੇ ਆ ਹਾਂ ਬਾਪੂ ਜੀ ਉਹ ਕਿੱਥੇ ਮਰ ਗਿਆ ਮੈਂ ਬੋਲੀਆ ਮੈਂ ਜੀ ਬੋਲੀ ਗੰਦਰ ਬੋਰੀਆਂ ਕੇ ਅੰਦਾਸੀ ਇਉਂ ਖੜਾ ਸਰਦਾਰਾਂ ਨੂੰ ਕਹਿਣਾ ਹਾਂਜੀ ਚਾਹ ਲੈ ਕੇ ਆਛੇਤੀ ਕਾ ਚਾ ਨਾਲ ਛੇਠਾ ਛੱਡਾ ਪਿੱਤਾ ਛੜ ਜੂ ਨਾਲ ਕੁਝ ਖਾਣ ਨੂੰ ਵੀ ਮੰਗਵਾ ਯਾਰਾ ਖਾਣ ਨੂੰ ਵੀ ਫੜਿਆਈ ਉਹਨੇ ਛੇਤੀ ਕਿਹਾ ਜਗਾ ਚੀਜ਼ ਨਹੀਂ ਦੱਸੀ ਕੀ ਲੈ ਕੇ ਆਉਣੀ ਆ ਸਸਤੀ ਤੋਂ ਸਸਤੀ ਕਿਹਾ ਅਸੀਂ ਬਬਲੀ ਨੂੰ ਨੇ ਜਗਾ ਬਾਪੂ ਜੀ ਬਹੁਤ ਛੇਤੀ ਬਬਲੀ ਵੀ ਓਨਾ ਹੀ ਤੇਜ਼ ਬੋਲਦਾ ਜਿਨਾ ਛੇਠ ਜੀ ਬੋਲਦੇ ਸੁਣਾਰੋ ਤੁਸੀਂ ਬੈਠੋ ਸੁਨ ਬਲਿਹਾਰ ਸਿੰਘ ਜੀ ਤੁਸੀਂ ਮੇਰੇ ਨਾਲ ਅੰਦਰ ਆਓ ਇੱਕ ਨੇ ਕਿਹਾ ਦਾ ਬਲਿਹਾਰ ਸਿੰਘ ਤੋਂ ਬਾਕੀ ਚਲੋ ਬਈ ਸਾਰੇ ਕਮਲੇ ਬਾਹਰ ਚਲੋ ਇੱਕ ਨੇ ਹੱਸ ਦੇ ਕੇ ਸੀਠ ਬਲਿਹਾਰ ਸਿੰਘ ਨੂੰ ਅੰਦਰ ਲੈ ਗਿਆ ਅੰਦਰੋਂ ਖਲ ਤੇ ਗੁਰਦੀ ਰਲਮੀ ਮਿਲਮੀ ਹੁਆਕ ਆਉਂਦੀ ਸੀ ਬਲਿਹਾਰ ਸਿੰਘ ਜੀ ਕੋਲ ਬੈਜੋ ਮੇਰੇ ਇੱਥੇ ਕੋਲ ਬੈਜੋ ਮੇਰਾ ਢਿੱਡ ਟੜਕਦਾ ਬਹੁਤ ਮੈਂ ਬਹੁਤ ਔਖਾ ਮੇਰੇ ਕੋਲ ਬੈਠੋ ਕੋਲ ਬੈਠੋ ਸੱਚੀ ਗੱਲ ਦੱਸਾਂ ਮੈਂ ਝੂਠ ਬੋਲਾਂ ਸੌਂ ਦੇਵ ਦੀ ਕੋੜ ਹੋ ਜਬੇ ਰਾਮਪਾਲੀ ਕਰੇ ਇੰਸਪੈਕਟਰ ਬੋਰੀ ਮਗਰ 5 ਰੁਪਏ ਮੰਗਦਾ ਤਾਂ ਨਹੀਂ ਬੋਲੀ ਲਾਉਂਦਾ ਮੈਂ ਕਿਹੜੇ ਖੂਜ ਜਾ ਪਤਸਰ ਨਿਤ ਵਰਤਨਾ ਉਹਦਾ ਬੋਰੀ ਮਗਰ 5 ਰੁਪਏ ਲੈ ਕੇ ਘਰੇ ਵੱਜੂ ਹੁਨੇਰ ਸਾਈ ਦਾ ਉਹ ਬੋਰੀ ਮਗਰ 5 ਰੁਪਏ ਦਾ ਲੋੜਾ ਸੇੜ ਬੋਰੀ ਮਗਰ 5 ਰੁਪਏ ਦਾ ਜੱਟ ਨੂੰ ਨਹੀਂ ਵੱਜਦੇ ਇਹ ਐਲਸਪੈਕਟਰ ਮੁਫਤੋ ਮੋਤੀ ਚ ਕਹਾੜਾ ਚੱਕੀ ਫਿਰਦਾ ਤੇਰੇ ਤੇ ਮੇਰੇ ਸਨ ਚ ਰੱਬ ਅਸਰਾਰ ਜੀ ਬੋਲੀ ਮੈਂ ਅੱਜ ਇਹ ਲੋਵਾਦਨਾ ਪਰ ਬਾਹਰ ਬੈਠਣ ਦੀ ਮੇਬਾਰੀ ਤੂੰ ਲੈਣੀ ਆ ਮੈਂ ਜੇ ਮੈਂ ਇੱਕ ਪੈਸਾ ਬਾਧੂ ਖਾਮਾ ਗਊ ਦੇ ਰੱਦ ਦੇ ਬਰਾਬਰ ਆ ਸੇਠ ਜਿਵੇਂ ਸੱਪ ਮੇਲ ਦਾ ਨਾ ਬੀਨ ਤੇ ਉਹਨੂੰ ਬਰਿਹਾਰ ਸਿਓ ਮੂਰੇ ਬੀਨ ਲੱਗਿਆ ਮੈਂ ਇੱਥੇ ਹੁਣ ਖੇਡਾਂ ਪਉ। ਨਾਲ ਉਹ ਗੱਲ ਕਹਿ ਰਿਹਾ ਸੀ, ਨਾਲ ਵਕੀਲ ਵਾਂਗੂ ਸ਼ਿਸ਼ਤ ਲਾ ਕੇ ਦੇਖ ਰਿਹਾ ਸੀ ਬਲਿਹਾਰ ਕੀ ਕਹਿ ਰਿਹਾ। ਬਲਿਹਾਰ ਸਿੰਘ ਦੇ ਚਿਹਰੇ ਤਾਂ ਹਵਾਈ। ਬਲਿਹਾਰ ਸਿੰਘ ਜਦੇ ਉਹਨੇ ਫੇਰ ਸੱਟਿਆ ਤੀਜਾ ਪੈਂਤਰਾ। ਸੌ ਲਾਟਾਂ ਵਾਲੀ ਦੀ ਹੈ ਜੇ ਹੱਥ ਰੱਸਾ ਸਿਰੇ ਤੇ ਗੰਢ ਚਾਹੇ ਮੀਨਾ ਹੋਰ ਬੈਠ ਰੋ ਬੋਲੀ ਨਹੀਂ ਇਹਨੇ ਲਾਉਣੀ। ਸਰਦਾਰ ਜੀ ਅੱਕ ਚੰਪਣਾ ਪੈਣਾ, ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ ਅੱਕ ਚੱਪਦੇ ਹੁੰਦੇ ਹੋ ਨਾ, ਇਸ ਤਰ੍ਹਾਂ ਹੀ ਅੱਕ ਚੰਪਣਾ ਪੈਣਾ। ਜਦ ਕੁੜੀ ਦੇ ਵਿਆਹ ਤੇ 2-2 ਲੱਖ ਲਾ ਕੇ ਅੱਕ ਚੱਪਦੇ ਹੋ, ਇੱਥੇ ਵੀ ਅੱਕ ਚੰਪਣਾ ਪੈਣਾ। ਤੇਜ਼ੀ ਦੇ ਕੇ ਬੋਲਿਆ ਇਹ ਹੁਣ ਦਾ ਫਿਰ ਸਾਡੀ ਕੰਗਰੋੜ ਟ ਟ ਟੁੱਟ ਜੂ ਕੁੱਬੇ ਤਾਂ ਅੱਗੇ ਹੋਇਆ ਜੱਟ ਬੁਰੇ ਨਹੀਂ ਲੱਗਦੇ ਉਈਓ ਗੋਲੀ ਮਾਰਦੇਓ ਸਾਨੂੰ ਜਾਂ ਸਲਫਾਸ ਦੇ ਦਿਓ ਬਲਿਹਾਰ ਸੋਂ ਕਮਲਿਆਂ ਵਾਂਗ ਬੋਲੇ ਰਾਮ ਬੋਲਸਰਾਜ ਜੀ ਤੂੰ ਮੈਨੂੰ ਸਮਝਿਆ ਜੱਟ ਦੇ ਗੋਲੀ ਮਾਰਨ ਤੋਂ ਪਹਿਲਾਂ ਆਰਤੀਆ ਮਰ ਜੂ ਜੇ ਜੱਟੇ ਮਰ ਗਿਆ ਸਮਝੋ ਬਾਣੀਆਂ ਦਾ ਪਹਿਲਾਂ ਮਰ ਗਿਆ ਸਰਾਜ ਜੀ ਬਾਣੀਆਂ ਤਾਂ ਸਰਾਜ ਸਾਹਿਬ ਜੀ ਜਿਸ ਸਾਹ ਤੁਹਾਡੇ ਚ ਸਾਹ ਹੁੰਦਾ ਹੈ ਜੱਟ ਜਿਉਂਦੇ ਤਾਂ ਬਾਣੀਆਂ ਜਿਉਂਦੇ ਜੇ ਜੱਟ ਮਰ ਗਿਆ ਤਾਂ ਬਾਣੀਆਂ ਉਦੋਂ ਪਹਿਲਾਂ ਖਤਮ ਛੇਤੀ ਬੋਲ ਰਿਹਾ ਅਸੀਂ ਵੀ ਗੱਲ ਘੱਟ ਸਮਝਾਵੇ ਬ੍ਰਿਹਾਰ ਸੰ ਚੁੱਪ ਹੋ ਗਿਆ ਬਾਣੀਆਂ ਨੇ ਦੇਖਿਆ ਬਈ ਕਹਾਣੀ ਚੱਲ ਜੋ ਸੁਣ ਲੋ ਮੀ ਕਣੀ ਦਾ ਕੰਮ ਆ ਜੇ ਇੰਦਰ ਦੇਵਤਾ ਉੱਪਰੋਂ ਬਲਿਹਾਰ ਹੋ ਗਿਆ ਤੇ ਮੀ ਪੈ ਗਿਆ ਸਾਰਾ ਕੁਝ ਡੁੱਬ ਜੂ ਵਿਚੇ ਮੇਰੀ ਦੁਕਾਨ ਡੁੱਬ ਜੂ ਹੁਣ ਨਵੇੜ ਦੀ ਇਹ ਪੰਜ ਚ ਰੁਪਈਆ ਕੁਛ ਨਹੀਂ ਹੁੰਦਾ ਵਿਚੇ ਕਟਿਆਂ ਦੀਆਂ ਪਿੱਛੇ ਬੱਚੇ ਦੀਆਂ ਹਾਂ ਕਰ ਛੇਤੀ ਬੋਲ ਰਿਹਾ ਸੀ ਕਰਜੇ ਦੇ ਨਾਂ ਤੋਂ ਬਲਿਹਾਰ ਦੇ ਮਨਸ ਬਹੁਤ ਕਰਦੇ ਥੋੜੇ ਸਿਰ ਤੇ ਜੇ ਇਹ ਕੁਛ ਰਹੂ ਤਾਂ ਕੁਛ ਰਹੂ ਕਾਗਜ਼ ਨਵੇਂ ਪੁਰਾਣੇ ਹੋਣਗੇ ਜੇਕ ਝੋਨਾ ਭਿੱਜ ਗਿਆ ਪੰਜ ਤਾਂ ਕੀ 30-30 ਰੁਪਏ ਘੱਟ ਲੱਗਣੇ ਨੇ ਬੋਰੀ ਤੇ ਬਲਿਹਾਰ ਨੂੰ ਐ ਹੋ ਗਿਆ ਉਹਦੇ ਸਿਰ ਨੂੰ ਹੀ ਨਾ ਪਤਾ ਲੱਗੇ ਗੱਲ ਕੀ ਨਾਲੇ ਇੱਕ ਹੋਰ ਸੁਣ ਲੈ ਇਹਨਾਂ ਦਾ ਨਹੀਂ ਮੈਂ ਠੇਕਾ ਲੈਂਦਾ ਬਾਹਰ ਲੈਂਦਾ ਤੇਰੇ ਨਾਲ ਮੇਰੀ ਗੱਲ ਸਿੱਧੀ ਆ ਘਾਟਾ ਵੱਧਾ ਕੁਛ ਹੋਵੇ ਜਦ ਮਰਜੀ ਆ ਜੀ ਜਿੰਨੀ ਮਰਜੀ ਰਕਮ ਲੈ ਜੀ ਕਦੇ ਨਹੀਂ ਮੋੜਦਾ ਜਿਵੇਂ ਫਰੀ ਦੇਣੀ ਹੁੰਦੀ ਸੀ ਸਾਰਿਆਂ ਦੀ ਡੋਰ ਤੇਰੇ ਹੱਥ ਆ ਮੈਨੂੰ ਕਦੇ ਪਰਤੇ ਆਕੇ ਤੂੰ ਦੇਖ ਲਈ ਜੇ ਸੇਰ ਸਵਾ ਸੇਰ ਨਾ ਪੂਰਾ ਤਾਂ ਬਾਬੂ ਸਾਧੂ ਰਾਮ ਦਾ ਪੁੱਤ ਨਾ ਕਹੀਂ ਮੈਨੂੰ ਛੇਤੀ ਬੋਲ ਰਿਹਾ ਸੀ ਚਤਰ ਲੂੰਬੜ ਸੇਰ ਨੇ ਬੁੱਝੜ ਜੱਟ ਗੱਲਾਂ ਦੇ 나ਗਵਾਲ ਚ ਡੱਕ ਲੈ ਬਲਿਹਾਰ ਸੇ ਦੀਆਂ ਅੱਖਾਂ ਪਥਰਾ ਆ ਗਈਆਂ ਬਾਣੀ ਦੇ ਬਾੜ ਚ ਬਿੱਲਾ ਫਸਿਆ ਉਹਨੂੰ ਪਤਾ ਸੀ ਜੱਟ ਦਾ ਸੇਠ ਬਿਨਾਂ ਜੂਨ ਨੂੰ ਮੱਕੇ ਤੋਂ ਪਰਾਂ ਅਜਾੜਾ ਜ ਝੋਨਾ ਨਹੀਂ ਬਿਗਦਾ ਕਰਜ਼ਾ ਨਹੀਂ ਮੁਰਨਾ ਜੇ ਕਰਜ਼ਾ ਨਹੀਂ ਮੁਰਦਾ ਅੱਗੇ ਕੋਈ ਮਦਦ ਨਹੀਂ ਗੁਰੂ ਬਿਨਾਂ ਗੱਤ ਨਹੀਂ ਸ਼ਾਹ ਬਿਨਾਂ ਪਤ ਨਹੀਂ ਕੱਲ ਨੂੰ ਕੁੜੀਆਂ ਦੇ ਵਿਆਹ ਕਰਨ ਲੈ ਗੁੜ ਚਾਹ ਨਹੀਂ ਲੋਟਾਂ ਦੇ ਕਿਹੜੀਆਂ ਸੋਚਾਂ ਚ ਬੈਠੇ ਸੜਦੀ ਆ ਚਲਿਏ ਬਹੁਤ ਸੋਚਣ ਨਾਲ ਸਿਹਤ ਖਰਾਬ ਹੋ ਜਾਂਦੀ ਆ ਮਾਤਾ ਰਾਣੀ ਭਲੀ ਕਰੋ ਬਾਹਰ ਚਲੀਏ ਹਾਂ ਘਰ ਬਾਹਰਲੇ ਬੰਦੇਆਂ ਨੂੰ ਤੂੰ ਤਾਂ ਮੁੱਖ ਮੰਤਰੀ ਆ ਉਹਨਾਂ ਦਾ ਸਰਪੰਚ ਆ ਤੂੰ ਉਹਨਾਂ ਦਾ ਲੰਬੜਦਾਰ ਆ ਉਹਨਾਂ ਦਾ ਤੂੰ ਤਸਿਲਦਾਰ ਉਹਨਾਂ ਦਾ ਐਸਡੀਐਮ ਤੂੰ ਉਹਨਾਂ ਦਾ ਸੱਤ ਅੱਠ ਅਹੁਦੇ ਦੇ ਤੇ ਬੁਲਿਹਾਰ ਸਿਰੂ ਬਾਹਰ ਬੈਠੇ ਜੱਟ ਜੱਟ ਚਾਹ ਨਾਲ ਸਮੋਸੇ ਖਾਂਦੇ ਲਾਚੜੇ ਵੈਸੇ ਦੀ ਉਹਨਾਂ ਦੀ ਟਪ ਟਪ ਜਿਹੜੀ ਚੱਪ ਚੱਪ ਜਦ ਖਾਂਦੇ ਸੀ ਨਾ ਟੁੱਚ ਟੁੱਚ ਜਿਹੜੀ ਨਹੀਂ ਗੁਆਂਢ ਚ ਸੁਣਦੀ ਸੀ ਕਈਆਂ ਦੀਆਂ ਮੁੱਛਾਂ ਫਰਕ ਦੀਆਂ ਸੀ ਮੁੱਛਾਂ ਥੱਲੇ ਡਿੱਗੀਆਂ ਸੀ ਸਮੋਸਾ ਨਹੀਂ ਸੀ ਦੇਖਦਾ ਮੁੱਛਾਂ ਫਰਕ ਦੀਆਂ ਦਿਖਦੀਆਂ ਟੱਚ ਟੱਚ ਦੀ ਆਵਾਜ਼ ਨਾਲ ਜਾਂ ਸਾਹ ਦਾ ਚਾਹ ਦਾ ਸੜਾਕਾ ਸੜਦੇ ਇਉਂ ਲਾਉਂਦੇ ਜਿਵੇਂ ਹਾਰਡ ਬੋਲਦਾ ਆ ਜਾ ਆ ਜਾ ਬਲਿਹਾਰ ਸਾਹਿਬ ਤੂੰ ਵੀ ਖਾਲਾ ਛੇਟ ਦੇ ਚਮੋਚੇ ਇੱਕ ਨੇ ਟੱਚ ਟੱਚ ਕਰਦੇ ਕਿਹਾ ਛੇਠ ਵੀ ਕਦੇ ਲਾਥੇ ਨਾ ਹੁੰਦੇ ਆਂ ਖਿੱਚ ਲੋ ਬਲਿਹਾਰ ਸਿੰਘ ਕਹੇ ਲਗਾ ਕਮੜਾ ਜੱਟੋ ਫੇਰ ਰੰਬੇ ਨਾਲ ਮੰਨਣ ਨੂੰ ਤਿਆਰ ਬੈਠਾ ਤੋੜੀ ਲਾਉਣ ਗਿਆ ਤੋੜੀ ਤੋੜੀ ਘੰਟੀ ਖਸਾ ਕੇ ਵੱਢਣਗੇ ਮਿਆਕ ਵੀ ਨਹੀਂ ਕਰਦਾ ਕਿਹੜੇ ਸਮੋਸੇ ਆ ਇੱਕ ਇੱਕ ਸਮੋਸਾ 5-5 ਰੁਪਏ ਚ ਪੈਣਾ ਤੁਹਾਨੂੰ ਓਏ ਬਬਲੀ ਓਏ ਬਬਲੀ ਹਾਂ ਬਾਪੂ ਜੀ ਪ੍ਰਿਹਰ ਸੁਣੀ ਚਾਹ ਦੇ ਸਮੋਸੇ ਲੈ ਕੇ ਪਤਾ ਛੇਤੀ ਕਰ ਜਲਦੀ ਕਰ ਬਾਪੂ ਜੀ ਮੈਂ ਨਹੀਂ ਸਮੋਸੇ ਖਾਣੇ ਛਮੋਸੇ ਮੈਂ ਨਹੀਂ ਖਾਣੇ ਬਾਪੂ ਜੀ ਨਾ ਮੈਂ ਚਾਹ ਪੀਣਿਆ ਉਹਨੂੰ ਪਤਾ ਦੀ ਸ਼ੌਂ ਦੇ ਵੀ ਦੀ ਕਿਹੜੀ ਗੱਲ ਕਰਤੀ ਪ੍ਰਿਹਰ ਸਿਆ ਆਪਾਂ ਕਹਾਣੀ ਬੰਦ ਕਰਨੀ ਆ ਤੁਹਾਡੇ ਨਾਲ ਹਾਂ ਬਈ ਅੰਦਰ ਕਤੇ ਸ਼ੇਠਾਣੀ ਨੇ ਪਰੌਠੇ ਤਾਂ ਨਹੀਂ ਖੜਾ ਦੇ ਕੱਲੇ ਨੂੰ ਅੰਦਰ ਬਾੜ ਕੇ ਇਹ ਖਲਾ ਦੇਂਦੇ ਹੁੰਦੇ ਨੇ ਕੱਲੇ ਕੇਲੇ ਨੂੰ ਬਾਹਰਿਆਂ ਤੋਂ ਡਰਦੇ ਨੇ ਨਾਲੇ ਅਸੀਂ ਬਾਹਲੇ ਟੁਕ ਟੇਰ ਆਂ ਨਾਤੇ ਤੋਤੇ ਨਹੀਂ ਹੋਏ ਤੂੰ ਤਾਂ ਨਾਤਾ ਤੋਤਾ ਹੀ ਕਿਤੇ ਅੰਦਰ ਵੜ ਕੇ ਤੈਨੂੰ ਸਮੋਸੇ ਹੋਰ ਤਾਂ ਨਹੀਂ ਖਲਾ ਦੇ ਇੱਕ ਉੱਚੀ ਦੇ ਕੇ ਬੋਲਿਆ ਜਾਨੂ ਇੱਕ ਸਮੋਸੇ ਨੂੰ ਉਂਗੂਠੇ ਨਾਲ ਇਉਂ ਅੰਦਰ ਧੱਕ ਰਿਹਾ ਜਿਵੇਂ ਸੇਵੀਆਂ ਵਟਣ ਵਾਲੀ ਮਸ਼ੀਨ 'ਚ ਆਟਾ ਧੱਕੀ ਦੇ ਨਾਲੇ ਬੋਲਦਾ ਨਾਲੇ ਆਉਂ ਆਉਂ ਕਹਿ ਰਿਹਾ ਸੀ ਚੇਟਾ ਅੱਜ दारू ਬੱਤਾ ਵੀ ਪਿਆਏਗਾ ਬਈ ਇੱਕ ਨੇ ਪਲੇਟ ਪਾਸੇ ਰੱਖਦੇ ਉਹਦੀਆਂ ਮੁੱਛਾਂ ਅੰਗੂਠੇ ਵਾਂਗੂ ਹਿੱਲ ਰਹੀਆਂ ਸੀ दारू दारू ਥੋੜੇ ਤੋਂ ਚੰਗਿਆ ਸਰ ਜਿੰਨੀ ਮਰਜ਼ੀ ਰਾਜੇ ਦੀ ਘੋੜੀ ਕਦੇ ਸੁਧੀ ਅੱਜ ਮੋਦਲੋ ਸੇਠ ਨੂੰ ਜਿੰਨਾ ਮੁੰਨਿਆ ਜਾਂਦਾ ਦੂਜੇ ਨੇ ਪਿਆਲੀ ਬਿਜਲੀ ਚਾਹ ਪਰਾਂ ਢੋਲੀ दारू ਦੇ ਨਾਉ ਨਾਲ ਨੂੰ ਨੂੰ ਚਾਹ ਫਿਕਲੀ ਲੱਗਣ ਲੱਗ ਗਈ ਬਲਿਹਾਰਸਨ ਚੁੱਪ ਸੀ ਹੋਗਾ ਥੋੜਾ ਆਟਕੋ ਤਾਂ ਦੇਖਿਓ ਸਹੀ ਕਿਵੇਂ दारू ਪਲਾਉਂਦਾ ਉਹਨੂੰ ਪਤਾ ਸੀ ਜਿਆਨੂ ਚਾਹ ਸ਼ਖ ਬਲਿਹਾਰਸ ਨੇ ਚੁੱਪ ਗਿਆ ਕਾਨੂੰ ਬੈਠਾ ਮੇਰੇ ਯਾਰ ਸੇਠ ਨੇ ਆਖਰ ਬਲਿਹਾਰਸ ਉਹਨੇ ਚਾਹ ਪੀਣੀ ਸ਼ੁਰੂ ਕਰਦੀ ਸੋਚ ਕੁਛ ਲੈ ਚਾਹ ਹੋ ਪਰ ਸਮੋਸਾ ਵੀ ਲੈ ਮੇਰੇ ਯਾਰ ਅੱਡ ਹੋਣ ਵਾਲੀ ਕਿਉਂ ਕਰਦਾ ਸੇਠ ਨੇ ਪਲੇਟ ਉਹਦੇ ਮੂਰੇ ਦੇ ਪਲੇਟ 'ਚ ਪਏ ਦੋ ਸਮੋਸੇ ਬਲਿਹਾਰਸ ਨੂੰ ਗਰਨੇਡ ਾਰ ਕੇ ਲੱਗੇ ਹੈਨ ਗਰਨੇਡ ਾਰ ਕੇ ਜਿਵੇਂ ਜੇ ਅੰਦਰ ਸਿੱਟੇ ਅੰਦਰ ਫਟ ਜਾਵੇਲਾ ਹੋਇਆ ਸੇਠ ਸਾਰਿਆਂ ਨੂੰ ਬੋਲਿਆ ਜਮੇ ਚਾਹ ਤੇ ਸਮੋਸੇ ਖਵਾ ਕੇ ਉਹਨੇ ਬੜ ਸਰਦਾਰੋ ਹੁਣ ਤੁਸੀਂ ਆਪਣੇ ਸਾਰੇ ਢੇਰੀਆਂ ਕੋਲੋਂ ਜਾਓ ਕਿਤੇ ਪੱਲੇਦਾਰਨੀਆਂ ਨੇ ਚੱਕ ਕੇ ਲੈ ਜਣ ਤੁਰੀਆਂ ਫਿਰਦੀਆਂ ਸਿਕਲੀ ਕਰਨੀਆਂ ਬਲਿਹਾਰ ਸਿੰਘ ਨੂੰ ਮੈਂ ਸ਼ਾਰੀ ਕਹਾਣੀ ਸਮਝਾਤੀ ਇਹ ਸ਼ਾਰੀ ਕਹਾਣੀ ਤੁਹਾਨੂੰ ਦੱਚੂ ਜਾ ਕੇ ਬੋਲੀ ਹੋ ਜੂ ਫਿਕਰ ਨਾ ਕਰਿਓ ਆਪਾਂ ਸਾਰੇ ਇੱਕੋ ਹੀ ਪਿੰਡ ਵਾਲੇ ਦਾ ਬਲਦ ਹੈ ਜਿਵੇਂ ਮੈਂ ਅੱਗੇ ਬਲਿਹਾਰ ਸਿੰਘ ਨੂੰ ਕਿਹਾ ਜੱਟ ਬਾਣੀਆਂ ਦਾ ਬਾਣੀਆਂ ਜੱਟ ਦੇ ਬਸ ਹੁਣੇ ਦੱਸਦੇ ਆ ਸਾਰ ਬਿਹਾਸ ਨੂੰ ਸਾਰਾ ਕੁਝ ਮੈਂ ਦੱਸਦਾ ਤੁਹਾਨੂੰ ਸਾਰਿਆਂ ਨੂੰ ਦੱਸੂ ਜਾ ਕੇ ਪਿਆਲੀਆਂ ਤੇ ਪਲੇਟਾਂ ਇਕੱਠੀਆਂ ਕਰ ਬਬਲੀ ਓਏ ਉਹਨੇ ਗੱਲ ਫੇਰ ਕਮਾਈ ਬਸ ਹੁਣ ਗੱਲ ਨਿਬੜ ਗਈ ਜੱਟ ਝੱਗੇ ਝਾੜਦੇ ਪੁੱਠੇ ਹੱਥ ਮਾਰਦੇ ਲੱਕ ਤੇ ਠੁੱਕ ਠੁੱਕ ਕਰਦੇ ਢੇਰੀਆਂ ਨੂੰ ਹੋਜ ਕੇ ਬਲਿਹਾਰ ਸਿੰਘ ਮਾੜੇ ਗੱਟੇ ਗੱਡੇ ਵਾਂਗੂ ਝੂਕ ਝੂਕ ਪਿੱਛੇ ਤੁਰਦਾ ਜਦੋਂ ਖੜੇ ਤਾਂ ਸਾਰੇ ਆਲ ਦਾਲੇ ਜੱਟ ਜਾ ਖੜ ਗਏ ਬਲਿਹਾਰ ਸਿੰਘ ਦੇ ਸੁਣ ਲਓ ਵਈ ਕਿਸਾਨ ਭਰਾਵੋ ਨੇੜੇ ਹੋ ਜੋ ਉਹ ਚੰਗਿਆੜ ਮਾਰਨ ਵਾਲਾ ਖੜਾ ਸੀ ਛੇਠਾਖਦਾ ਮੇ ਮੇਰੀ ਕਿਡਾੜੀ ਲੈ ਜੋ ਝੋਨਾ ਲੈ ਛੱਡ ਜੋ ਇੱਕ ਗੱਲ ਕੱਟੀ ਓ ਤੁਸੀਂ ਗੱਲ ਕੱਟੇ ਨਾ ਪਾਇਆ ਕਰੋ ਉਹ ਗੱਲ ਸੁਣੋ ਹਸੀ ਜਾਂਨੇ ਓ ਚਹਿ ਰੋ ਲੋ ਛੇਠ ਕਹਿੰਦਾ ਵੀ ਐਲਸਪੈਕਟਰ ਬੋਲੀ ਨਹੀਂ ਲਾਉਂਦਾ ਭਾਈ ਬੋਰੀ ਮਗਰ 5 ਰੁਪਏ ਮੰਗਦਾ 5 ਰੁਪਏ ਮੂੰਹ ਠੋਕ ਗਿਆ ਛੇਠ ਦੀ ਪੀਤੀ ਚਾਹ ਬਾਹਰ ਨੂੰ ਆਉਣ ਲੱਗੀ ਛੇਠ ਨੇ ਇਹ ਵੀ ਆਖਿਆ ਵੀ ਐਲਸਪੈਕਟਰ ਮੇਰੀ ਮਾੜੀ ਮੋਟੀ ਸੁਣਦਾ ਮੈਂ ਬੋਰੀ ਅਗਰ 5 ਰੁਪਏ ਤਾਂ 4 ਖਰਾ ਦੂੰ ਪਰ ਚਾਹ ਹੱਸੋ ਚਾਹ ਰੋਵੋ ਆਹ ਗੱਲ ਹੋਊ ਬਈ ਸੱਜਾ ਹੱਥ ਚੱਕ ਕੇ ਉਹਨੇ ਕਹਿਤਾ ਪੀ ਲੋ ਛੇਠ ਦੀ ਚਾਹ ਇੱਕ ਬੋਲਿਆ ਖਾ ਲੋ ਸਮੋਸੇ ਇਹ ਕਰਾੜ ਮੇਰੇ ਸਾਲੇ ਬਿਨਾਂ ਰੱਬ ਨੂੰ ਮੱਥਾ ਨਹੀਂ ਟੇਕਦੇ ਸਗੇ ਬਾਪੂ ਦੇ ਥੋੜੇ ਕਿੱਥੇ ਬਣ ਜਾਣਗੇ ਤੂੰ ਤਾਂ दारू ਪਤਾ ਪਾਲਦਾ ਸੀ ਮੈਨੂੰ ਕੀ ਪਤਾ ਕਪਾਲ ਜੱਟ ਮਾਰੂ ਮੈਂ ਤਾਂ ਹੱਸਦਾ ਸੀ ਯਾਰ ਤੇਰੇ ਭਾ ਦਾ ਵੀ ਆਪਾਂ ਕਰਾਣਾ ਹੀ ਚਾਹ ਪੀਤਾ ਕਮਲਿਓ ਜੱਟੋਏ ਥੋਡੇ ਸਿਰ ਥੋਡੇ ਛੱਤਰ ਜਿੰਨੇ ਮਰਜ਼ੀ ਤੁਸੀਂ ਭੱਜ ਲੋ ਤੁਹਾਨੂੰ ਨਹੀਂ ਇਹ ਭੱਜਣ ਦਿੰਦਾ ਹਵਾ 'ਚ ਹੱਥ ਆ ਲਾ ਕੇ ਉਹਨੇ ਦਹਾਈ ਦਿੱਤੀ ਜਿਵੇਂ ਵੱਡਾ ਲੀਡਰ ਬੋਲਦਾ ਜੇਬਾਂ ਸਾਰਿਆਂ ਦੀਆਂ ਕੱਟੀਆਂ ਗਈਆਂ ਇਹ ਗੱਲ ਜਰੂਰ ਆ ਇੱਕ ਨਟੇਰੀ ਤੇ ਡਿੱਗਦੇ ਕਿਹਾ ਸਾਰਿਆਂ ਨੇ ਕੰਨ ਚੁੱਕ ਲੈ ਤਰਮਚੀ ਵਾਂਗੂ ਸ਼ਿਸ਼ਤ ਬੰਨੀ ਖੜੇ ਸੀ ਮਰਦਿਆਂ ਨੂੰ ਕੋਈ ਅੱਖ ਚੱਪਣਾ ਪਊ ਲੋਹੇ ਤੇ ਲਕੀਰਾ ਪਰ ਇਉਂ ਨਹੀਂ ਲੱਗੇ ਮੁੰਨ ਇਉਂ ਕਰਦੇ ਆ ਇੱਕ ਨੇ ਬਾਕੀ ਬਾਕੀਆਂ ਨੇ ਬਤਕਾਂ ਵਾਂਗੂ ਧੌਣਾ ਉੱਪਰ ਨੂੰ ਚੱਕਿਆ ਚੋਨਾ ਚੱਕੋ ਨਿਹੱਲੇ ਵਾਲੀ ਮੰਡੀ ਚੱਲੋ ਦੋਲਣਾ ਉੱਤੇ ਨਬ ਹੋਰ ਆ ਜਿੱਥੇ ਮਰਜ਼ੀ ਚੱਲ ਜਾਓ ਪੁੱਛਣਾਂ ਦੇ ਰੰਬੀਆਂ ਤਿੱਖੀਆਂ ਕੀਤੀਆਂ ਗੱਲ ਇੱਕ ਹੋਰ ਆ ਇੱਕ ਬਜ਼ੁਰਗ ਨੇ ਗੱਲ ਸ਼ੁਰੂ ਕੀਤੀ ਬੁਝਿਆ ਚਿਹਰਾ ਚਰੂਸਿਆ ਪਿਆ ਸੀ ਅੱਖਾਂ ਕੱਠ ਫੋੜੇ ਦੀ ਖਾਡੰਗੂ ਡੂੰਘੀਆਂ ਸੀ 15 ਦਿਨ ਹੋ ਗਏ ਮੱਲਾ ਬੈਠਿਆਂ ਨੂੰ ਬੋਤੇ ਦਾ ਬੋਲ ਨਹੀਂ ਲਿਗਣਾ ਇਹ ਜੇ ਡਿਗੂ ਵੀ ਜੱਟ ਹਰ ਰੋਜ਼ ਘੱਟੋ ਘੜ 50 ਰਹਿੜੀਆਂ ਦੀ ਦਿਹਾੜੀ ਮਰਦੀ ਆ ਦਿਨ ਕਿੰਨੇ ਹੋ ਗਏ 5 ਰੁਪਈਆ ਦੇ ਪਿੱਛੇ ਨਾ ਜਾਓ ਬਾਬਾ ਤੇਰੇ ਹਿਸਾਬ ਦੇ ਨਾਲ ਹੁਣ ਫਿਰ ਡੰਡੌਤ ਕਰਦੀ ਏ ਉਹਦੇ ਮੂਰੇ ਜਮਾਈ ਕੋਡੇ ਹੋ ਜੀਏ ਦਾਰੂਪੱਤ ਦਾ ਸ਼ਕੀਰ ਬੋਲੇ ਡਿਜੀਟਲ ਢੋਆਂ ਦੇ ਸਿਰ ਚੱਟਣ ਪੈ ਗਏ ਬਾਬਾ ਹੁਣ ਜਨ ਸਟ ਕੇ ਭੱਜ ਗਏ ਬੌੜੀਓ ਰੱਬਾ ਮੇਰਾ ਜਨ ਸਾਡੀ ਤੇ ਫੈਸਲੇ ਕਰਾੜ ਕਰਨ ਇੱਕ ਬਾਗੀ ਹੋਣ ਤੇ ਆਇਆ ਇਉਂ ਕਰੋ ਬਾਣੀਆਂ ਹੀ ਚੱਕ ਲੋ ਅੰਦਰੋਂ ਪਹਿਲਾਂ ਜਾ ਕੇ ਇੱਕ ਗਰਮ ਬੋਲਿਆ ਇਹਨੂੰ ਲੈ ਚੱਲੋ ਨਹਿਰ ਵਾਲੇ ਪੁਲ ਤੇ ਪੁਲ ਦੀ ਪੰਦੀ ਤੇ ਇਹਨੂੰ ਪੁੱਠਾ ਗੰਡਾਸਾ ਲੈ ਕੇ ਇਹਦੇ ਤੇ ਫੇਰਦੇ ਆ ਓਹ ਕਮਲੇ ਨਹੀਂ ਬਣੀਦਾ ਕਮਲੇ ਨਹੀਂ ਬਣੀਦਾ ਪਿੰਡੋਂ ਰੋਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਮੰਲੋ ਮੱਲੀ ਰੋਟੀਆਂ ਅੰਦਰ ਸਿੱਟੀਆਂ ਕੋਈ ਰੋਟੀ ਲੈ ਕੇ ਬਰਤਾਨ ਦੱਸੇ ਕੋਈ ਦੁੱਖ ਰਵੇ ਯਾਰ ਨਾ ਤਿਆਂ ਨੂੰ 15 ਦਿਨ ਹੋ ਗਏ ਸਿਰ ਕੋੜਦਾ ਸਿਰ ਦਾ ਗੋੜੰਗੂ ਜੁੜਿਆ ਪਿਆ ਇੱਕ ਨੇ ਪਗ ਲਾ ਕੇ ਸਿਰਕ ਖੁਰਕਿਆ ਨਹੀਂ ਵੱਡਿਆ ਸੀ ਤੇਰੇ ਅਰਗੇ ਆ ਮਿੱਤਰਾ ਉਹਦੇ ਬਾਲ ਸੁਫੂਲੀ ਵਾਂਗੂ ਸਾਫੇ ਦੇ ਥੱਲੇ ਸੀ ਅਸੀਂ ਕਿਹੜਾ ਨਿਤ ਕੱਚੀ ਲੱਛੀ ਨਾਲ ਨਹਾਉਣਿਆ ਜਵਾਨਾ ਬਾਬਾ ਪਿੰਡਾਂ ਖੁਰਚੇ ਦੇ ਵੱਡੇ ਵੱਡੇ ਨੌ ਕਚਰ ਕਚਰ ਦੀ ਆਵਾਜ਼ਾਂ ਦਿੰਦੇ ਜਦ ਫੇਰਦਾ ਨੌਣਾ ਕਿਨੂੰ ਚੇਤੇ ਆ ਬਲਿਹਾਰ ਸਿਓ ਬੋਲਿਆ ਅਗਲੇ ਦਿਨ ਦੋਸ਼ੀਆਂ ਨੂੰ ਸੇੜਦੇ ਫੇਰ ਹਾਜ਼ਰ ਹੋ ਗਏ ਆਓ ਸਰਦਾਰ ਜੀ ਜੀ ਆਇਆਂ ਨੂੰ ਫੇਰ ਬੋਲਿਆ ਬੈਠ ਸਸੋ ਮਾਦਰ ਮਾਦਰ ਰਾਣੀ ਦੀ ਚਾਹ ਲਿਆ ਓਏ ਸੱਠਾ ਚਾਹ ਨਾ ਮੰਗਾਈ ਕਿਉਂ ਕਿਉਂ ਨਾ ਮੰਗਵਾਵਾ ਰਾਮਪਾਲੀ ਕਰ ਮੈਂ ਤੁਹਾਡਾ ਭਾਈਆ ਸ਼ੇਵਦਾਰ ਆ ਤੇਰੇ ਵਾਲੀ ਚਾਹ ਪਹਿਲਾਂ ਹੀ ਪੀ ਕੇ ਅਸੀਂ ਤਾਂ ਥੱਕ ਗਏ ਅਸੀਂ ਜੱਦ ਦੇ ਲੋਠ ਨਹੀਂ ਆਏ ਭਾਈ ਲੋਟ ਭਗਵਾਨ ਕਰੂ ਚਾਹ ਪੀਓ ਬਬਲੀ ਬੰਦੇ ਕਰਕੇ ਤਤਰ ਹੋ ਗਿਆ ਭਗਵਾਨ ਤਾਂ ਤੁਹਾਨੂੰ ਲਾ ਲਿਆ ਨੂੰ ਤਾਰਦਾ ਸੱਠਾ ਸਾਨੂੰ ਨਹੀਂ ਤਾਰਦਾ ਕਾਨੂੰਨ ਨਾ ਕਰੋ ਯਾਰ ਭਗਵਾਨ ਤਾਂ ਭਗਵਾਨ ਇਹ ਜੱਟਾਂ ਚੋਂ ਮੁਸ਼ਕਲ ਆਉਂਦਾ ਹੂ ਤੇਰੇ ਭਗਵਾਨ ਨੂੰ ਤੁਸੀਂ ਤਾਂ ਨਿਤ ਬੋਦੀਆਂ ਚੋਪੜ ਕੇ ਰੱਖਦੇ ਜੱਟਾਂ ਹੁੰਦਾ ਮਹੀਨਾ ਨਾਉਣ ਨੂੰ ਟਾਈਮ ਨਹੀਂ ਬੋਲਦਾ ਰਾਮ ਬੋਲੋ ਸਾਰੋ ਰਾਮ ਬੋਲੋ ਚਾਹ ਆ ਗਈ ਚਾਹ ਪੀਓ ਛੇਠਾ ਚਾਹ ਨਹੀਂ ਲੰਗਦੀ ਲੱਗਦੀ ਕਿਉਂ ਨਹੀਂ ਐਵੇਂ ਲੰਗਣੀ ਖਾਣੀ ਥੋੜਾ ਪੀਓ ਛੇਠਾ ਛਾਡੀ ਦਿਹਾਈਏ ਸਾਡੇ ਪਿਓ ਦੀ ਇਹ ਹੁਣ ਸਾਨੂੰ ਕੋਲੂ ਚ ਨਾ ਪੀੜ ਹੱਥ ਬੰਨ ਕੇ 4 ਰੁਪਏ ਬੋਰੀ ਮਗਰ ਦੇ ਨੂੰ ਤਿਆਰ ਆ ਮੇਰਾ ਵੀਰ ਇੱਕ ਫਿਲਟਰ ਤਾਂ ਬੋਲੀ ਲਵਾ ਦੇ ਬਾਬੇ ਨੇ ਬਹੁਤ ਛੇਤੀ ਕਿ ਜੱਟ ਬੱਕਰੇ ਲਈ ਹਲਾਲ ਹੋਣ ਨੂੰ ਕੱਢ ਇੰਸਪੈਕਟਰ ਕੁੰਜਰ ਕੰਦਰ ਕੁੱਤਾ ਬਹੁਤਾ ਪੰਜਾਂ ਤੋਂ ਹੇਟਾ ਨਹੀਂ ਦਿੱਤਾ ਲੁੱਟ ਪਈ ਮੈਂ ਆਪਦੇ ਜੱਟਾਂ ਭਾਉ ਨੂੰ ਲੁੱਟੀਆਂ ਤੇ ਪਰ ਮੈਂ ਜਾ ਕੇ ਗੱਲ ਕਰਦਾ ਮੈਂ ਸਾਰੀ ਗੱਲ ਕਰਦਾ ਮੈਂ ਥੋੜਾ ਬਰਤਣਾ ਛੇਠਾ ਬੇ ਬੋਲੀ ਲਾਉ ਐ ਇੰਸਪੈਕਟਰ ਕਹਹੀਂ ਹੁਣੇ ਜਾ ਉਹਨਾਂ ਗੱਲ 'ਚ ਸਾਫ ਬੋਨਾ ਮੇਰੇ ਯਾਰ ਭੱਜ ਕੇ ਜਾਊ ਕਿਥੇ ਬਬਲੀ ਓਏ ਸਕੂਟਰ ਕੱਢ ਆ ਗੰਗੂ ਗਿਆ ਬਬਲੀ 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 ਕਰਦਾ ਜਾ ਕੇ ਇੰਸਪੈਕਟਰ ਨਾਲ ਗੱਲ ਮੂਰੇ ਬਹਿ ਗਿਆ ਬਾਬੂ ਜੀ ਜੱਟ ਤਾਂ ਇੰਨੇ ਸੂਮ ਨੇ ਜਮਾ ਹੀ ਨਹੀਂ ਨੇੜੇ ਹੁੰਦੇ ਬੋਰੀ ਮਗਰ 3 ਰੁਪਏ ਦਵਾ ਦੇ ਅੱਜ ਇਹ ਬੋਲੀ ਲਾ ਦਨਾ ਮੂਰੇ ਇਨਸਪੈਕਟਰ ਨੇ ਤਿੰਨੇ ਹੀ ਪਹਿਲਾਂ ਮੰਗੇ ਕਿੱਥੇ ਬਾਬ ਜੀ ਉਹ ਤਾਂ ਰੁਪਈਆ ਦਿੰਦੇ ਨੇ ਬਿਸਕੀ ਦੀਆਂ 10 ਬੋਤਲਾਂ ਦੇ ਕੇ 2 ਰੁਪਏ ਤੋਂ ਮਸਾ ਲੈਂਦੇ ਆ ਤੁਸੀਂ ਚਾਹੇ ਠੇਕੇੜੇ ਨੂੰ ਫੋਨ ਕਰਕੇ ਪੁੱਛ ਲੋ 1 ਰੁਪਈਆ ਦਿੰਦਾ ਮੈਂ ਤਾਂ 2 ਤੇ ਮਸਾ ਲੈ ਕੇ ਆਂਦਾ 2 ਰੁਪਈਆ ਤਾਂ ਬਹੁਤ ਘੱਟ ਨੇ ਉਹਨੇ ਮਸ਼ ਕਰਗਾ ਢਿੱਡ ਹਲਾਇਆ ਇਹ ਬਾਬ ਜੀ ਜੱਟ ਨਾਲ ਪੈਣਾ ਬਾਅਦ 6 ਮਹੀਨੇ ਆਪਾਂ ਨੇ ਤਬਰਤਣਾ ਇਹੋਂ ਕਰੋ 2 ਰੁਪਈਏ ਤੋ ਇੱਕ ਪੈਸਾ ਰਵਾਦਾਰ ਨਹੀਂ ਹੁੰਦਾ 2 ਰੁਪਏ ਬੋਲੀ ਮਗਰ ਲਾਦ ਬੋਰੀ ਦੇ 2 ਰੁਪਏ ਤੁਹਾਡੇ ਪੱਕੇ ਹੋਗੇ ਉਹਨਾਂ ਨੂੰ ਮੈਂ ਮਨਾਵਾ ਨਾ ਮਨਾਵਾ ਰੁਪਈਆ ਚਾਹੇ ਮੈਂ ਆਪਣੇ ਗੱਲੇ ਚ ਦਵਾ ਸੌ ਆ ਮਾਤਾ ਦੀ ਨਾਲ ਮੈਂ ਦਾਰੂ ਮੁਰਗਾ ਭੇਜ ਦਤ ਤਨੂੰ ਭੇਜ ਫਿਰ ਬਾਬੂ ਉੱਠ ਕੇ ਬਹਿ ਗਏ ਬੋਲੀ ਕਦੋਂ ਗੱਲ ਨੂੰ ਲੈ ਬੋਰੀ ਮਗਰ 2 ਰੁਪਏ ਠੀਕ ਹੋ ਗਈ ਜੀ ਗੱਲ ਚਲ ਤੂੰ ਕਹਿੰਦਾ ਠੀਕ ਹੈ ਤੁਹਾਨੂੰ ਹੋਰ ਕਿਤੇ ਹੋਰ ਘਟਾ ਦੇਾਂਗੇ ਮੇਰੀ ਐ ਹੋ ਜੂ ਮੈਨੂੰ ਆਰਥ ਮਿਲਦੀ ਹੋ ਜੂ ਉਹ ਰੁਪਈਆ ਦਿੰਦੇ ਰੁਪਈਆ ਚਾਹੇ ਮੈਂ ਬੋਝਿਓ ਪਾਵਾਂ ਜਾ ਨੂੰ ਭੱਜਿਆ ਮੂਰੇ ਜੱਟ ਬੈਠੇ 5 ਰੁਪਈਆ ਤੋਂ ਹੇਠ ਨਹੀਂ ਸੀ ਉੱਤਰਦਾ ਮਿੰਤਾ ਕਰਕੇ ਮਸ਼ਾ ਮੰਗਾਇਆ ਹੁਣ ਗੱਲ ਸੁਣ ਲੋ ਇੱਕ ਬਬਲੀ ਓਏ ਆ ਬੋਤਲ ਤੇ ਬੁਰਕੈਂਸਪਿਟ ਤੇ ਮੱਥੇ ਮਾਰ ਸਰਾ ਸੌ ਦੇ ਵੀ ਦੀ ਆ ساری ਉਮਰ ਸਾਹਿਬ ਬਸ ਨੂੰ ਹੱਥ ਨਹੀਂ ਲਾਇਆ ਭਰਾਵਾਂ ਖਾਤਰ ਕਰਨਾ ਪੈਂਦਾ ਏ ਵੀ ਜੱਟੋ ਗੱਲ ਸੁਣ ਲੋ ਆ ਕੇ ਬੋਲੀ ਹੋ ਜੂ ਕੱਲ ਨੂੰ ਰੁਪਈਏ 4 ਲੱਗਣਗੇ ਬੋਲੀ ਦੇ 4 ਤੋਂ ਘੱਟ ਨਹੀਂ ਬੋਰੀ ਦਾ ਹੋਣਾ ਕੱਲ ਨੂੰ ਵੇਲੇ ਕਰ ਦੂੰ ਜੱਟ ਪਹਿਲਾਂ ਹੀ ਔਖੇ ਹੋਏ ਬੈਠੇ ਸੀ ਇੱਕ ਨੇ ਆ ਕੇ ਮੂਰੇ ਗੱਲ ਕਹੀ ਕਹਿੰਦਾ ਨਵੇੜ ਬਈ ਸਾਨੂੰ ਭੇਜ ਦੇ ਕਰ ਚਲ ਚਾਰੀ ਲਮੇੜ ਰੁਪਈਆ ਤਾਂ ਘਟਿਆ ਜੇ 100 ਬੋਰੀ ਹੋਈ 100 ਰੁਪਈਆ ਘਟ ਗਿਆ ਉਹ ਨਾਤਾ ਹੋਇਆ ਗਰਦ ਪਈ ਹੋਈ ਸੀ ਬਾਲਾਂ ਤੇ ਦਾੜੀ ਦੇ ਵਿੱਚ ਇਉਂ ਲੱਗਦਾ ਜਿਵੇਂ ਲੰਕਾਂ ਦਾ ਰਾਉਂਡ ਹੁੰਦਾ ਬੋਲੀ ਲੱਗੀ ਜੱਟ ਤਲਵਾ ਕੇ ਜੱਟ ਬੇਲੇ ਹੋ ਗਏ ਇਨਸਪੈਕਟਰ ਬੋਰੀਆਂ ਗਿਣਨ ਪਿੱਛੇ ਬੰਦਾ ਛੱਡ ਗਿਆ ਬੋਰੀਆਂ ਦੀ ਗਿਣਤੀ ਹੋ ਗਈ ਪਰ ਦੇ ਨਾਲ ਸੇਠ ਨੇ ਇਨਸਪੈਕਟਰ ਨੂੰ 2 ਰੁਪਏ ਦੇ ਦਿੱਤੇ ਦੋ ਸਿੱਧੇ ਉਹਨੂੰ ਬਚ ਗਏ 1000 ਬੋਰੀ ਹੋਈ 2000 ਰੁਪਏ ਜੱਟਾਂ ਦੇ ਸਿਰੋਂ ਲਾ ਲੇ ਸਾਰਾ ਕੁਝ ਵੇਟ ਵੱਟ ਕੇ 4000 ਰੁਪਇਆ ਬਿਹਾਰ ਸੋਦੇ ਸਿਰ ਟੁੱਟ ਗਿਆ 1500 ਨੇ ਜੈਬੇ ਨੂੰ ਦੇਣ ਵਾਸਤੇ ਲੈ ਲਿਆ 500 ਰੁਪਇਆ ਘਰ ਦਾ ਸਮਾਨ ਲੈ ਪੂਰੇ 6000 ਤੇ ਗੂਠਾ ਲਾ ਕੇ ਸੇ ਤਰਕੜੀਸ ਦਾ ਜੱਟ ਸਾਹ ਬਰੋ ਦਾ ਪਿੰਡ ਆ ਗਿਆ ਬੈਠਕ ਚ ਖੇਸ ਲੈ ਕੇ ਪੈ ਗਿਆ ਝੋਨਾ ਵੇਚ ਕੇ 6000 ਸਿਰ ਤੇ ਟੁੱਟ ਗਿਆ ਜੀਤਕੁਰ ਨੇ ਫਿਰ ਕੀ ਹੋ ਗਿਆ ਜੀ ਤੂੰ ਐ ਚੁੱਪ ਕਰਕੇ ਕਿਉਂ ਪੈ ਗਿਆ ਉਹਨੇ ਕਿਹਾ ਉਹੀ ਪੈ ਗਿਆ ਰਾਤ ਦਾ ਨੀਂਦ ਨਾ ਸਿਰ ਦੁਖੀ ਜਾਂਦਾ ਤਾਪ ਤਾਂ ਨਹੀਂ ਹੋ ਗਿਆ ਤੈਨੂੰ ਜੀਤ ਕੌਰ ਨੇ ਮੱਥੇ ਤੇ ਆਤਰ ਤਾਪ ਨਹੀਂ ਥਕਾਵਟ ਬਹੁਤ ਹੋ ਗਈ ਚਾਹ ਬਣਾ ਚਾਹ ਬਣਾ ਲਿਆ ਕੇ ਨਹੀਂ ਚਾਹ ਨਹੀਂ ਨਰੈਣ ਦੇ ਚਾਹ ਨੂੰ ਚਾਰ ਤੇ ਪਾਣੀ ਲਿਆ ਬਹੁਤ ਦਿਨ ਹੋ ਗਏ ਸਰੀਰ ਤਾਂ ਆਖੜਿਆ ਪਿਆ ਜੀਤ ਕੌਰ ਨੇ ਪਾਣੀ ਗਲਾ ਲਿਆ ਤੂੰ ਪੇਕ ਫੂਕ ਪੀਲਾ ਜੀ ਮੈਂ ਪਾਣੀ ਦਿੱਤਾ ਕਰਦੇ ਤਾਂ ਤੇ ਪਣ ਨਾਲ ਕੇਸੀ ਨਾ ਆਉਣੀ ਆ ਨਾਲ ਜਾਮਣ ਪਾ ਕੇ ਕਿਹੜਾ ਹਾਲ ਹੀ ਹੋਇਆ ਪਿਆ ਜੀ ਤੂੰ ਜੀਤ ਕੌਰ ਨੇ ਮੂਰੇ ਕਿਹਾ ਬਿਹਾਰ ਤੋਂ ਨੇ ਕਰੜੇ ਪੈਗ ਲਾਏ ਘਰ ਦੀ ਕੱਢੀ दारू ਤਾਰੇ ਦੀ ਲੀਕ ਵਾਂਗ ਉਤਰੀ ਮੈਂ ਖੱਟੀ ਲੱਸੀ ਸਰੋਂ ਦਾ ਤੇਲ ਪਾ ਕੇ ਗਰਮ ਕਰਦੀ ਆ ਉੱਠ ਕੇ ਖੜੀ ਹੋ ਖੜਾ ਹੋ ਨਲਾਂ ਵਾ ਜੈਬਾ ਨਹੀਂ ਆਇਆ ਜੇ ਆਉਣ ਵਾਲਾ ਹੀ ਆ ਤੇਰੇ ਨਾਲ ਨੌਂ ਆ ਜੂ ਗਰਮ ਪਾਣੀ ਨਾਲ ਕੇਸੀ ਨਾਲ ਕੇ ਬਿਹਾਰ ਸਾਂ ਹੌਲਾ ਫੁੱਲਾ ਰਗ ਸਰਦਾਰਨੀ ਨੇ ਪਟਰੇ ਤੇ ਬਿਠਾ ਕੇ ਕੇਸ ਮਲਤੇ ਸਰੋਂ ਦੇ ਤੇਲ ਨੂੰ ਗਰਮ ਕਰਕੇ ਜਾਮਣ ਚ ਪਾ ਕੇ ਬਾਲ ਨਿਲਾ ਤਿਆ ਆ ਗਿਆ ਚਾਚਾ ਚਾਚਾ ਜੱਤਸ੍ਰੀ ਗਾਲ ਬੜਦੀ ਸਾਰ ਜੈ ਬੇਨੇ ਗਿਆ ਜੀ ਯੋ ਲਾਰਿਆ ਸ਼ਹਿਰ ਜਾ ਕੇ ਤੂੰ ਦਾਦੇ ਛਠਾਣੀ ਦੇ ਚਬੋਛਈ ਖਾਣ ਲੱਗ ਗਿਆ ਚਾਚਾ ਕਾਦਾ ਜੀ ਕਰਦਾ ਜੈ ਬਿਆ ਆ ਜਾ ਅੰਦਰ ਆ ਕੇ ਆ ਜਾ ਤੌਣ ਉੱਪਰੋਂ ਸਫਾਫਾ ਕਰਕੇ ਕੇਲ ਗਿੱਲੇ ਕੇ ਸੁੱਟ ਪੇ ਕੋਹ ਨਹੀਂ ਜੱਟ ਦੀ ਜੂਨ ਜੈ ਬਿਆ ਮਰਦਾ ਰਾ ਜੱਟਾ ਜਿਹੜਸ ਦਾ ਫੈਸਲਾ ਕਰਾਰ ਕਰੇ ਕੀ ਕਰੀਆ ਚਾਚਾ ਜੈ ਬੇਨੇ ਖਲਾਸ ਗੱਲ ਇੱਕ ਗਲਾਸ ਖਾਲੀ ਕਰਦਾ ਚਾਰੀ ਮਿਰਚੋਂ ਨੇ ਮੂੰਹ ਦੇ ਵਿੱਚ ਪਾ ਲਈ ਅਲਛਪਾਟਰ ਨੇ ਬੋਰੀ ਮਗਰ 4 ਰੁਪਏ ਮੱਲਾ ਲੈਣਾ ਅਛਾ ਜੀ ਜੈਬਾਂ ਇਹਨਾਂ ਦੇ ਬਸ ਨਹੀਂ ਨਹੀਂ ਤਾਂ ਵੱਡ ਲੈਣ ਸਨ ਫੇਸਦਾਰਾਂ ਨੇ ਖਸਣ ਕੱਢਣ ਤੇ ਸਾਰਾ ਕਰ ਕਰਾ ਕੇ 6000 ਦਾ ਕਰਦਿਆ ਸੇ ਟੁੱਟਿਆ ਪੁੱਤ ਓਏ ਆ ਲੈ ਫੜ ਤੇ ਰਿਆ ਅਸਤੇ ਮੈਂ 1500 ਰੁਪਏ ਲਿਆ ਮੱਲਾ ਫੜ ਕਾਨੂੰਨ ਲੋਣੇ ਚਾਚਾ ਜੇ 6000 ਸੇ ਟੁੱਟਦਾ ਸੀ ਆਪਾਂ ਔਕੇ ਜੋਕੇ ਸਾਰੰਦੇ ਅੱਗੇ ਘੜਾ ਥੱਲੇ ਦੀਆਂ ਜੁੱਤੀਆਂ ਹੜਾਉਣਿਆ ਨਹੀਂ ਤੂੰ ਟੱਬਰ ਟੀਹਰ ਵਾਲਾ ਨਹੀਂ ਚਾਚਾ ਇਹ ਤੂੰ ਰੱਖ ਕੰਮ ਕਰ ਮੈਂ ਆਪੇ ਛਾਡੂੰ ਮੈਂ ਖੜਾ ਕੱਲੋਂ ਨੂੰ ਤੁੰਗਲ ਬਣਾ ਕੇ ਦੇਣੇ ਮੱਝ ਵੀ ਦਾਦਾ ਫੇਰ ਵੀ ਕਿਉਂ ਨਾ ਕਿਵੇਂ ਡੰਗ ਸੜ ਜਾਂਦਾ ਜੱਟ ਨੂੰ 20 ਮੋਰੀਆਂ ਬੁੰਡੀਆਂ ਪੈਂਦੀਆਂ ਜੈਬੇ ਨੇ ਕਿ ਬਲਿਹਾਰ ਦੇ ਚੁੱਪ ਜਹਨ ਚ ਸੇਠ ਜੈਬੇ ਦੀ ਫਿਤਰਤ ਨੂੰ ਤੋੜ ਰਿਆ ਸੀ ਜੈਬੇ ਦੀ ਰੂਹ ਚ ਰੱਬ ਲੱਗਦਾ ਬਲਿਹਾਰ ਸਿੰਘ ਦੀ ਅੱਖਾਂ ਮੈਦੂ ਪੜ ਜੈਬਿਆ ਤੂੰ ਪੁੱਤਾਂ ਗੁੰਨੇਆਂ ਪੁੱਤੋ ਇਹ ਤੂੰ ਪੁੱਤ ਉਰਿਆ ਉਰਿਆ ਮੇਰਾ ਪੁੱਤ ਬੈਠ ਨਾਲ ਲੋਕ ਸਭ ਇਕੱਠੇ ਇਕੱਠੇ ਸੋਚਿਆ ਸੀ ਆਹ ਝੋਨਾ ਵੇਕੇ ਮੱਲਾ ਤੈਨੂੰ ਘੁਰਤਾ ਬਿਆਮਾ ਬਣਾ ਕੇ ਦਊ ਦਿਲ ਦੀਆਂ ਦਿਲ ਚ ਰਹਿ ਗਿਆ ਮੱਲਾ ਕੋਈ ਪੇਸ਼ ਨਹੀਂ ਇਹੀ ਮੇਰਾ ਮਨ ਉਛਲ ਗਿਆ ਮੱਲਾ ਤੂੰ ਇੱਥੇ ਆ ਕੇ ਬੈਠ ਪੁੱਤ ਓਏ ਬਾਹ ਉੱਪਰ ਦੀਪਾ ਕੇ ਲੇਰ ਮਾਰਨ ਵਾਲਾ ਬਿਹਾਰ ਸਵਾਰ ਕੇ ਪਾਲਾ ਸੱਟ ਨਾ ਲਈ ਆ ਪੈਸੇ ਪਾ ਦੂ 1500 ਰੁਪਏ ਪੁੱਤ ਰਕਮ ਦਾ ਖਾਮ ਆ ਤੂੰ ਤੇਰੇਆਂ ਤਾਂ ਕਰਾਂ ਹੀ ਆਂਦਾ ਵੀ ਮੁੱਲ ਹੀ ਮੋੜਿਆ ਪੁੱਤ ਮੇਰੇਆ ਬਿਹਾਰੀ ਸੋ ਹੁੱਕੀ ਰੋਂਡ ਦਿਲ ਨਹੀਂ ਹੌਲਾ ਕਰਿਆ ਚਾ ਹੌਸਲਾ ਰੱਖ ਕਦੇ ਰੱਬ ਆਪਨੀ ਵੀ ਸੁਣੂ ਮੋਠ ਨਹੀਂ ਮਾਰੇ ਉਹਨੇ ਪਟਲੇ ਤੂੰ ਪੇਕ ਪੀ ਪੱਠੇ ਕੁੱਤਰ ਕੇ ਅੱਧੀ ਰਾਤ ਤੱਕ ਦੋਨੇ ਪੀਂਦੇ ਰਹ ਜੈਬਾ ਰੋਟੀ ਲੈ ਕੇ ਚੜਿਆ ਰੋਟੀ ਖਾਣ ਬਾਅਦ ਕਈ ਅਣੀਂਦਰਾ ਦਿਨ ਦਾ ਹੋਣ ਕਰਕੇ ਬਲਿਹਾਰਸ ਨੇ ਘਰਾੜੇ ਮਾਰੇ ਘਰਿਆਣੇ ਮਾਰਦਾ ਜੱਟ ਸਾਰਾ ਕੁਝ ਵੇਚ-ਬਟ ਕੇ ਕਰਜ਼ਾ ਲੈ ਕੇ ਘਰਾੜੇ ਮਾਰ ਰਿਹਾ ਸੀ ਉਧਰ ਬਰੇ ਬਲਿਹਾਰਸਿਓ ਉਧਰ ਜੈਬਾ ਆਪਣੀ ਕੁਲੀ 'ਚ ਘਰਾੜੇ ਮਾਰ ਰਿਹਾ ਸੀ ਰੱਬ ਦੇ ਫਕੀਰ ਸੁੱਤੇ ਪਏ ਸੀ ਕਾਇਨਾਤ ਸੁੱਤੀ ਪਈ ਸੀ ਬਾਣੀਆਂ ਟਿਕੀ ਰਾਤ ਬੋਰੀਆਂ ਚੋਂ ਕਮਾਇਆ ਨੂੰ ਗਿਣ ਰਿਹਾ ਸੀ